ਪੰਜਾਬੀ ਤੇ ਕੋਈ ਬਾਂਝ ਨਹੀਂ ਗੀ, ਇਹ ਫਿਰ ਸਮੇਂ ਦੇ ਸੁਰਮੇ ਪੈਦਾ ਕਰੇਗੀ, ਕਰਦੀ ਰਹੇਗੀ। ਜਸਵੰਤ ਸਿੰਘ ਕਮਲ ਵਰਗਾ ਦੂਸਰਾ ਕਦੋਂ ਕੋਈ ਸਾਨੂੰ ਮਿਲਦਾ, ਅਸੀਂ ਉਹਦੀ ਉਡੀਕ ਕਰਾਂਗੇ। ਤੁਸੀਂ ਪੰਨੂ ਸਾਹਿਬ ਇਹ ਕਹਿ ਰਹੇ ਸੀ ਕਿ ਇਸ ਪੀੜ੍ਹੀ 'ਚ ਸਿਰੜ ਬੜਾ ਸੀਗਾ, ਹੁਣ ਉਹੋ ਜਿਹੇ ਸਿਰੜੀ ਲੋਕ ਹੈ ਨਹੀਂ ਗੇ। ਦੇਖੋ ਸਮੇਂ ਦੇ ਨਾਲ ਸਿਰੜ ਵਾਲੇ ਵੀ ਪੈਦਾ ਹੋਣਗੇ, ਕਦੇ ਕਦੇ ਇਸ ਤਰ੍ਹਾਂ ਦੇ ਉਤਾਰ ਚੜਾਅ ਆਉਂਦੇ ਆ, ਕਦੇ ਆਜ਼ਾਦੀ ਲਹਿਰ ਆਉਂਦੀ ਹੈ, ਕਦੇ ਇਹੋ ਜਿਹੇ ਲੋਕ ਵੀ ਉੱਠ ਪੈਂਦੇ ਆ ਜਿਨ੍ਹਾਂ ਦਾ ਆਜ਼ਾਦੀ 'ਚ ਕੋਈ ਰੋਲ ਨਹੀਂ ਪਰ ਉਹ ਆਜ਼ਾਦੀ ਦੀਆਂ ਗੱਲਾਂ ਕਰਦੇ ਆ। ਕਦੇ ਉਹਨਾਂ ਨੂੰ ਪਛਾਣ ਆ ਜਾਂਦੀ ਸੀ, ਕਦੇ ਭੁੱਲਦੀ ਵੀ ਸੀ। ਜਦੋਂ ਭੁੱਲ ਜਾਂਦੀ ਸੀ ਤਾਂ ਅਸੀਂ ਕਹਿੰਦੇ ਸਾਹਿਬ ਬਾਪੂ ਪਛਾਣਿਆ ਵੀ ਹੈਗਾ, ਅਤੇ ਬਾਪੂ ਦਾ ਇੱਕੋ ਬੋਲ ਹੁੰਦਾ ਸੀ, ਗੁੱਜੀ ਰਹਿ ਨਾ ਹੀਰ ਹਜ਼ਾਰ ਵਿੱਚੋਂ, ਅਤੇ ਅਸੀਂ ਹੱਸ ਪੈਂਦੇ ਸੀ। ਪੰਜਾਬੀਅਤ ਮਾਣ ਕਰਦੀ ਰਹੇਗੀ। ਕਦੇ ਕੋਈ ਜਸਵੰਤ ਸਿੰਘ ਕਮਲ ਹੁੰਦਾ ਸੀ ਜਿਹਦੇ ਕੋਲ ਬਲਰਾਜ ਸਾਹਨੀ ਵਰਗੀਆਂ ਹਸਤੀਆਂ ਆ ਕੇ ਠਹਿਰਦੀਆਂ ਸੀ। ਕੱਲ੍ਹ ਸਾਡੇ ਵੱਡੇ ਭੈਣ ਜੀ ਡਾਕਟਰ ਦਲੀਪ ਕੌਰ ਟਿਵਾਣਾ ਗਏ, ਉਹਨੂੰ ਇਹ ਆਪਣੀ ਛੋਟੀ ਭੈਣ ਸਮਝਦੇ ਸੀ, ਅੱਜ ਇਹ ਚਲੇ ਗਏ। ਜਸਵੰਤ ਸਿੰਘ ਕਮਲ ਸਾਹਿਬ ਇੱਕ ਸੈਲੀਬ੍ਰੇਸ਼ਨ ਦਾ ਨਾਂ ਸੀ। ਕਮਲ ਸਾਹਿਬ 100 ਸਾਲ ਦੇ ਹੋਏ ਤਾਂ ਪੂਰੀ ਦੁਨੀਆ 'ਚ ਉਹਨਾਂ ਦੇ ਨਾਂ ਦੀ ਸੈਲੀਬ੍ਰੇਸ਼ਨ ਦੀ ਚਰਚਾ ਹੋਈ ਕਿ ਪੰਜਾਬੀਆਂ ਨੂੰ ਹੱਸਣ ਦਾ ਰਾਹ ਉਹ ਦੱਸ ਕੇ ਗਏ ਹੈ। ਪੰਜਾਬ ਦੀਆਂ ਕਮੀਆਂ ਖਾਮੀਆਂ ਵੀ ਅਕਸਰ ਚਰਚਾ 'ਚ ਉਹਨਾਂ ਦੀਆਂ ਕਿਤਾਬਾਂ 'ਚ ਨਾਵਲਾਂ 'ਚ ਰਹੀਆਂ। ਉਹਨਾਂ ਦੇ ਜਾਣ ਤੋਂ ਬਾਅਦ ਪੰਜਾਬ ਕੀ ਸੋਚਦਾ? ਜਤਿੰਦਰ ਪੰਨੂ ਸਾਹਿਬ ਸਾਡੇ ਨਾਲ ਨੇ। ਪੰਨੂ ਸਾਹਿਬ, ਕਮਲ ਸਾਹਿਬ ਨੂੰ ਤੁਸੀਂ ਕਿਵੇਂ ਯਾਦ ਕਰਦੇ ਹੋ? ਇੱਕ ਮਾਣਮੱਤੀ ਸ਼ਖਸੀਅਤ ਸੀ, ਸਦੀ ਦੇ ਨੇੜੇ ਤੇੜੇ ਦਾ ਇਤਿਹਾਸ ਸੀ, ਆਪਣੇ ਵਜਨ ਨਾਲੋਂ ਵੱਧ ਸਾਹਿਤ ਲਿਖ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਗਏ। ਹਰ ਪੱਖੋਂ, ਸੱਭਿਆਚਾਰ ਦੇ ਪੱਖੋਂ ਵੀ, ਖੇਡਾਂ ਦੇ ਪੱਖੋਂ ਵੀ। ਬਹੁਤ ਥੋੜ੍ਹੇ ਲੋਕਾਂ ਨੂੰ ਪਤਾ ਕਿ ਉਹ ਖੇਡ ਮੈਦਾਨਾਂ 'ਚ ਟੂਰਨਾਮੈਂਟਾਂ 'ਚ ਰੈਫਰੀ ਵੀ ਬਣਦੇ ਹੁੰਦੇ ਸੀ, ਔਰ ਇੱਕ ਵਾਰੀ ਦੋ ਕਬੱਡੀ ਵਾਲੇ ਰੇਡਰ ਅਤੇ ਜਾਫੀ ਦੇ ਭੇਡ ਦੇ ਵਿਚਾਲੇ ਇਹਨਾਂ ਨੂੰ ਧੱਕਾ ਵੱਜ ਗਿਆ, ਡਿੱਗ ਪਏ, ਦਸਤਾਰ ਵੀ ਡਿੱਗ ਪਈ, ਹੋਰ ਵੀ ਕਈ ਕੁਛ, ਸਾਰੇ ਕੱਪੜੇ ਵੀ ਲਿਬੜ ਗਏ। ਉੱਠੇ ਅਤੇ ਮੂੰਹ ਦੇ ਵਿੱਚ ਵਿਸਲ ਸੀ, ਫਿਰ ਉੱਠਦਿਆਂ ਸਾਰੇ ਕੱਪੜੇ ਝਾੜ ਕੇ ਵਿਸਲ ਵਜਾ ਕੇ ਕਹਿੰਦੇ ਨੰਬਰ ਇਹਦਾ। ਇਸ ਤਰ੍ਹਾਂ ਦੀ ਜਿਹੜੀ ਹਿੰਮਤ ਸੀ, ਆਪਣਾ ਜੁੱਸਾ ਅਖੀਰ ਤੱਕ ਬੜੇ ਡਿਸਿਪਲਿਨ ਨਾਲ ਸੰਭਾਲ ਕੇ ਰੱਖਿਆ। ਜਦੋਂ ਉਹਨਾਂ ਦਾ 100ਵਾਂ ਸਾਲ ਸ਼ੁਰੂ ਹੋਇਆ ਅਤੇ ਇੱਥੇ ਢੁੱਡੀਕੇ 'ਚ ਸਮਾਗਮ ਹੋਇਆ, ਮੈਂ ਗਿਆ ਸੀ, ਅਸੀਂ ਘਰ 1 ਘੰਟਾ ਬੈਠੇ ਰਹੇ। ਕਦੇ ਉਹਨਾਂ ਨੂੰ ਪਛਾਣ ਆ ਜਾਂਦੀ ਸੀ, ਕਦੇ ਭੁੱਲਦੀ ਵੀ ਸੀ। ਜਦੋਂ ਭੁੱਲ ਜਾਂਦੀ ਸੀ ਤਾਂ ਅਸੀਂ ਕਹਿੰਦੇ ਸਾਹਿਬ ਬਾਪੂ ਪਛਾਣਿਆ ਵੀ ਹੈਗਾ, ਅਤੇ ਬਾਪੂ ਦਾ ਇੱਕੋ ਬੋਲ ਹੁੰਦਾ ਸੀ, ਗੁੱਜੀ ਰਹਿ ਨਾ ਹੀਰ ਹਜ਼ਾਰ ਵਿੱਚੋਂ, ਅਤੇ ਅਸੀਂ ਹੱਸ ਪੈਂਦੇ ਸੀ, ਫਿਰ ਆਖਣਾ ਹਾਂ ਹੁਣ ਮੈਨੂੰ ਪਤਾ ਲੱਗ ਗਿਆ ਕੌਣ ਹੈ। ਜਿਹੜਾ ਇਸ ਉਮਰ ਤੱਕ ਆਪਣੇ ਆਪ ਨੂੰ ਸੰਭਾਲ ਕੇ ਪੰਜਾਬੀ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਉਹਨਾਂ ਨੇ ਦੇਣ ਦਿੱਤੀ ਹੈ, ਉਹ ਦੇਣ ਨੂੰ ਅਸੀਂ ਚਿਤਵਣ ਦਾ, ਅਸੀਂ ਯਾਦ ਕਰਨ ਦਾ, ਅਸੀਂ ਸੰਭਾਲਣ ਦਾ ਯਤਨ ਕਰਾਂਗੇ। ਇਹ ਸਾਰਾ ਫਰਜ਼ ਸਾਡੇ ਪੰਜਾਬੀਆਂ ਦੇ, ਜਿਹੜੇ ਅਸੀਂ ਉਹਨਾਂ ਦੀ ਦੂਜੀ ਵੀ ਨਹੀਂ ਤੀਜੀ ਪੀੜ੍ਹੀ ਵਾਲੇ ਹਾਂ, ਕਿਉਂਕਿ ਮੇਰਾ ਤਾਂ 40 ਸਾਲ ਦਾ ਜਿਹੜਾ ਫਰਕ ਹੁੰਦਾ 35 ਸਾਲ ਦਾ, ਇਹਦੀ ਤੀਜੀ ਪੀੜ੍ਹੀ ਵਾਲੇ ਹਨ। ਅਸੀਂ ਯਤਨ ਕਰਾਂਗੇ ਕਿ ਉਹਨਾਂ ਦੀ ਇਸ ਦੇਣ ਨੂੰ ਸੰਭਾਲ ਕੇ ਰੱਖੀਏ, ਜਿੰਨਾ ਕੁ ਹੋ ਸਕੇ ਇਹ ਤੋਂ ਸੇਧ ਲੈ ਕੇ ਚੱਲ ਸਕੀਏ। ਪੰਜਾਬੀਅਤ ਮਾਣ ਕਰਦੀ ਰਹੇਗੀ। ਕਦੇ ਕੋਈ ਜਸਵੰਤ ਸਿੰਘ ਕਮਲ ਹੁੰਦਾ ਸੀ ਜਿਹਦੇ ਕੋਲ ਬਲਰਾਜ ਸਾਹਨੀ ਵਰਗੀਆਂ ਹਸਤੀਆਂ ਆ ਕੇ ਠਹਿਰਦੀਆਂ ਸੀ, ਕੱਲ੍ਹ ਸਾਡੇ ਵੱਡੇ ਭੈਣ ਜੀ ਡਾਕਟਰ ਦਲੀਪ ਕੌਰ ਟਿਵਾਣਾ ਗਏ, ਉਹਨੂੰ ਵੀ ਆਪਣੀ ਛੋਟੀ ਭੈਣ ਸਮਝਦੇ ਸੀ, ਅੱਜ ਇਹ ਚਲੇ ਗਏ। ਇਹਨਾਂ ਦੋ ਸ਼ਖਸੀਅਤਾਂ ਦਾ ਅੱਗੜ ਪਿਛੜ ਤੁਰ ਜਾਣਾ ਬਹੁਤ ਵੱਡਾ ਘਾਟਾ, ਪੰਜਾਬੀਅਤ ਇਸ ਘਾਟੇ 'ਚ ਉੱਭਰਨ ਦਾ ਯਤਨ ਕਰੇਗੀ। ਤੁਸੀਂ ਪੰਨੂ ਸਾਹਿਬ ਇਹ ਕਹਿ ਰਹੇ ਸੀ ਕਿ ਇਸ ਪੀੜ੍ਹੀ 'ਚ ਸਿਰੜ ਬੜਾ ਸੀਗਾ, ਹੁਣ ਉਹੋ ਜਿਹੇ ਸਿਰੜੀ ਲੋਕ ਹੈ ਨਹੀਂ ਗੇ। ਦੇਖੋ ਸਮੇਂ ਦੇ ਨਾਲ ਸਿਰੜ ਵਾਲੇ ਵੀ ਪੈਦਾ ਹੋਣਗੇ, ਕਦੇ ਕਦੇ ਇਸ ਤਰ੍ਹਾਂ ਦੇ ਉਤਾਰ ਚੜਾਅ ਆਉਂਦੇ ਆ, ਕਦੇ ਆਜ਼ਾਦੀ ਲਹਿਰ ਆਉਂਦੀ ਹੈ, ਕਦੇ ਇਹੋ ਜਿਹੇ ਲੋਕ ਵੀ ਉੱਠ ਪੈਂਦੇ ਆ ਜਿਨ੍ਹਾਂ ਦਾ ਆਜ਼ਾਦੀ 'ਚ ਕੋਈ ਰੋਲ ਨਹੀਂ ਪਰ ਉਹ ਆਜ਼ਾਦੀ ਦੀਆਂ ਗੱਲਾਂ ਕਰਦੇ ਆ, ਕਦੇ ਧਰਮ ਨਿਰਪੱਖਤਾ ਦੀ ਲਹਿਰ ਚੜ੍ਹਦੀ ਹੈ, ਕਦੇ ਧਰਮ ਦੀ ਕਾਂਗ ਚੜ੍ਹਦੀ ਹੈ। ਇਹ ਸਾਰਾ ਕੁਛ ਹੀ ਚੱਲਦਾ ਰਹਿੰਦਾ, ਇਹ ਸਮਾਜ ਦੇ ਵਿੱਚ ਉਤਾਰ ਚੜਾਅ ਧੁੱਪ ਛਾਂ ਆਉਂਦੀ ਰਹਿੰਦੀ ਹੈ। ਉਸ ਧੁੱਪ ਛਾਂ ਦੇ ਵਿੱਚ ਹੀ ਕਦੇ ਸਿਰੜ ਵਾਲੇ, ਕਦੇ ਥੋੜ੍ਹੇ ਜਿਹੇ ਸਾਨੂੰ ਊਣਾ ਪਾਉਣਾ ਵੀ ਜਾਪਦਾ, ਪਰ ਮੈਨੂੰ ਇਹ ਫਿਰ ਯਕੀਨ ਆ ਕਿ ਪੰਜਾਬੀਅਤ ਕੋਈ ਬਾਂਝ ਨਹੀਂ ਗੀ, ਇਹ ਫਿਰ ਸਮੇਂ ਦੇ ਸੁਰਮੇ ਪੈਦਾ ਕਰੇਗੀ, ਕਰਦੀ ਰਹੇਗੀ। ਜਸਵੰਤ ਸਿੰਘ ਕਮਲ ਵਰਗਾ ਦੂਸਰਾ ਕਦੋਂ ਕੋਈ ਸਾਨੂੰ ਮਿਲਦਾ, ਅਸੀਂ ਉਹਦੀ ਉਡੀਕ ਕਰਾਂਗੇ। ਅਜੇ ਖੜ੍ਹੇ ਪੈਰ ਕੁਛ ਨਹੀਂ ਕਹਿ ਸਕਦੇ, ਬਸ ਕਾਮਨਾ ਕਰ ਸਕਦੇ ਹਾਂ, ਸਾਨੂੰ ਫਿਰ ਚਾਹੀਦਾ ਇੱਕ ਜਸਵੰਤ ਸਿੰਘ ਕਮਲ ਹੋਰ। ਬਹੁਤ ਧੰਨਵਾਦ ਪੰਨੂ ਸਾਹਿਬ, ਜਿਸ ਤਰ੍ਹਾਂ ਕਹਿ ਰਹੇ ਨੇ ਕਿ ਇੱਕ ਹੋਰ ਜਸਵੰਤ ਸਿੰਘ ਕਮਲ ਚਾਹੀਦੇ, ਕਦੋਂ ਹੋਣਗੇ ਇਹ ਸਮਾਂ ਦੱਸੂਗਾ, ਪਰ ਪੰਜਾਬ ਨੂੰ ਕੁਛ ਨਹੀਂ ਹੋਇਆ, ਇਹ ਇੱਕ ਸੈਲੀਬ੍ਰੇਸ਼ਨ ਦਾ ਨਾਂ ਹੈ। ਜਸਵੰਤ ਸਿੰਘ ਕਮਲ ਔਰ ਕਮਲ ਸਾਹਿਬ ਇਸੇ ਤਰ੍ਹਾਂ ਯਾਦ ਰਹਿਣਗੇ ਸਾਨੂੰ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ ਢੁੱਡੀਕੇ ਮੋਗਾ।
4 लाख तो भी घट खर्चे जेकर तुम जाना चाहते हो कैनेडा या यूके आयल्स नाल या बिना आयल्स तो एक बार फ्लाईराइट वीज़ा कंसल्टेंट के लुधियाना ऑफिस या चंडीगढ़ ऑफिस आके मिलो या सानू कॉल करो 98।